ਕਾਰੋਬਾਰ ਕਿੱਤ ਤੁਹਾਡੀ ਚੱਲਦੀ ਸੀ, ਉਹ ਜੋ ਕਿੱਤ ਚੱਲਦੀ ਸੀ ਤੁਹਾਡੀ ਜੋ ਮਾਇਆ ਹੈ ਉਹ ਤੁਹਾਡੇ ਪਿਤਾ ਜੀ ਦੇ ਚੋਟ ਲੱਗਣ ਕਰਕੇ ਜੋ ਲੱਤ ਟੁੱਟਣ ਦਾ ਕਰਕੇ ਉਹ ਤੁਹਾਡੀ ਮਾਇਆ ਜੋ ਉੱਧਰ ਲੱਗ ਗਈ ਸਾਰੀ ਜੋ ਤੁਹਾਡੀ ਇਨਵੈਸਟਮੈਂਟ ਸੀ। ਬਿਲਕੁਲ। ਹੁਣ ਅਗਰ ਇੰਗਲੈਂਡ ਦੇ ਵਿੱਚੋਂ ਧਰਮ ਸੇਵਾ ਰਿਕਾਰਡ ਦੀ ਸੰਗਤ ਤੁਹਾਡੀ ਕਿਸੇ ਤਰੀਕੇ ਦੇ ਨਾਲ ਹੈਲਪ ਕਰੇ ਤੇ ਤੁਸੀਂ ਉਹ ਆਪਣਾ ਕਾਰੋਬਾਰ ਚਲਾਉਣਾ ਚਾਹੋਗੇ? ਬਿਲਕੁਲ। ਕਿਸ ਤਰੀਕੇ ਨਾਲ ਚਲਾਓਗੇ ਤੁਸੀਂ? 15-16 ਹਜ਼ਾਰ ਦਾ ਮਾਲ ਪਾਇਆ ਜਾਵੇ ਜੀ, ਉਹਦੇ ਵਿੱਚ ਮੈਂ ਆਪਣਾ ਬਿਲਕੁਲ ਰੋਟੀ ਪਾਣੀ ਦਾ ਖਰਚਾ ਬਹੁਤ ਵਧੀਆ ਚਲਾ ਸਕਦਾ ਜੀ। ਜੀ ਜੀ। ਉਹ ਜੋ 15,000 ਦਾ ਮਾਲ ਹੈ ਤੁਸੀਂ ਉਹਨੂੰ ਇੱਕ ਵਾਰੀ ਲੈ ਕੇ ਵੇਚੋਗੇ, ਉਸ ਤੋਂ ਕਮਾਈ ਕਰਕੇ ਉਸ ਤੋਂ ਬਾਅਦ ਫਿਰ ਅੱਗੇ ਕਰੋਗੇ? ਹਾਂਜੀ। ਸਾਧ ਸੰਗਤ ਜੀ, ਇਹਨਾਂ ਵੀਰ ਜੀ ਹੋਰਾਂ ਦੱਸਿਆ ਕਿ ਕੋਈ 15,000 ਰੁਪਏ ਦੀ ਇਹਨਾਂ ਨੂੰ ਜ਼ਰੂਰਤ ਹੈ, ਔਰ ਅਗਰ 15,000 ਰੁਪਇਆ ਇਹਨਾਂ ਨੂੰ ਮਿਲ ਜਾਵੇ ਇਹ ਦੁਬਾਰਾ ਆਪਣੀ ਜੋ ਕਿਰਤ ਪਹਿਲਾਂ ਕਰਦੇ ਸੀ ਉਹ ਸ਼ੁਰੂ ਕਰ ਸਕਦੇ ਆ, ਔਰ ਇਹ ਜੋ ਆਪਾਂ ਕਹਿ ਸਕਦੇ ਹਾਂ ਕਿ ਜੇ ਆਪਣਾ ਖੁਦ ਦੀ ਇਹਨਾਂ ਦੀ ਕਿਰਤ ਸੀ ਉਸ ਕਿਰਤ ਦੇ ਵਿੱਚ ਹੋਰ ਵੀ ਅੱਗੇ ਰਾਈਜ਼ ਕਰ ਸਕਦੇ ਨੇ।